स्वागत है जी मालवांबी टीवी देखने वाले सारे भरावां दा। मैं गुरविंदर सिंह रोमी तुहानू लै आया जिला संगरूर दे पिंड कराचों विखे, जिथे तस्वीरां दे विच नज़र आ रहे ने आम आदमी पार्टी दे आगू गुरिंदर जी सिंह मिकू जवंदा। उत्थे ही नज़र आ रही ने पिंड दीआं संगतां। तस्वीरों के नज़र आ रहा है कि एक कैंप लग्या होया है जिथे डॉक्टर चेकअप कर रहे ने। लाइनों के नज़र आ रहे ने पिंड के लोग, अपनिया अखा की चैकिंग करवा रहे ने। ते दूसरे टेबल के उपर नज़र चेकअप की जा रही है। अखा चेक करके जिसनू अखां विच पैण वाली दवाई की जरूरत है, नाल दी नाल उनू दवाई दिती जा रही है। निगाह चेक करा के जिस इंसान नू एनक की जरूरत है उनू नाल दी नाल नवी एनक दिती जा रही है। तस्वीरां तुसी देख रहे हो, तस्वीरां दे विच नज़र आ रहा है कि लोड़वंद लोकां नू राशन भी दिता जा रहा है, राशन वंडिया जा रहा है लोड़वंद लोगों नू। तुहानू जानकारी दे दिए कि पिछले लंबे समय तो जपहर वेलफेयर सोसाइटी संगरूर वालों डॉक्टर गुरिंदर जी सिंह मिकू जवंदा दी अगवाई विच एक कैंप लाए जा रहे ने। इस तो पहला पिंडां दे विच सलाई सेंटर खोले गए सी। तुहानू दस दईए कि गरीब लड़कियां गरीब परिवारां दे बच्चियां लई वधिया सिक्ख्या देण लई वख-वख उपराले कीते जा रहे ने, होर भी उपराले कीते जा रहे ने। आपां गलबात करदे हां डॉक्टर गुरिंदर जी सिंह मिकू जवंदा नाल। ਜਿਹੜਾ ਅੱਜ ਸਾਡਾ ਕੈਂਪ ਘਰਾਚੋਂ ਲੱਗ ਰਿਹਾ ਹੈ, ਇਹ ਸਾਡੀ ਸੁਸਾਇਟੀ ਜਪਹਰ ਵੈਲਫੇਅਰ ਸੁਸਾਇਟੀ ਵੱਲੋਂ ਤੀਸਰਾ ਕੈਂਪ ਹੈ ਜੀ। ਪਹਿਲਾਂ ਲੱਗਿਆ ਸੀ ਬਲਿਆਲ, ਦੂਸਰਾ ਲੱਗਿਆ ਸੰਗਰੂਰ ਬਾਬਾ ਨਗਨ ਦੀ ਸਮਾਧ ਦੇ ਉੱਤੇ, ਤੇ ਤੀਸਰਾ ਅੱਜ ਘਰਾਚੋਂ ਲੱਗ ਰਿਹਾ ਹੈ, ਤੀਸਰਾ ਕੈਂਪ ਹੈ ਸਾਡੀ ਸੁਸਾਇਟੀ ਵੱਲੋਂ। ਠੀਕ ਹੈ, ਪਹਿਲਾਂ ਦੋ ਕੈਂਪਾਂ 'ਚ ਕਿੰਨੇ ਕੁ ਮਤਲਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ? ਜਿਹੜੇ ਪਹਿਲਾਂ ਬਲਿਆਲ ਵਾਲਾ ਲੱਗਿਆ ਸੀਗਾ ਉਹਦੇ ਉੱਤੇ ਮਤਲਬ 500 ਤੋਂ ਉੱਤੇ ਮਰੀਜ਼ ਆ ਗਏ ਸੀਗੇ। ਠੀਕ ਹੈ ਜੀ। ਤੇ ਜਿਹੜਾ ਸੰਗਰੂਰ ਵਾਲਾ ਲੱਗਿਆ ਉੱਥੇ ਸੀਗੇ ਨੀਅਰ ਅਬਾਊਟ 350। ਠੀਕ ਹੈ। ਤੇ ਅੱਜ ਇੱਥੇ ਹਾਲੇ ਤੱਕ ਆਪਣੇ 125 ਦੇ ਨੇੜੇ ਤੇੜੇ ਮਰੀਜ਼ ਆ ਚੁੱਕੇ ਨੇ। ਤੇ ਕੈਂਪ ਫ੍ਰੀ ਲਾ ਰਹੇ ਹੋ? ਸੁਵਿਧਾਵਾਂ ਕੀ ਦਿੱਤੀਆਂ ਜਾ ਰਹੀਆਂ ਨੇ? 200 ਦੇ ਗੇੜ 'ਚ ਆ ਗਏ ਆ। ਅੱਛਾ, ਸੌਰੀ 200 ਦੇ ਗੇੜ। ਸੁਵਿਧਾਵਾਂ ਕੀ ਦਿੱਤੀਆਂ ਜਾ ਰਹੀਆਂ? ਐਨਕ ਵੀ ਦਿੱਤੀ ਜਾ ਰਹੀ ਹੈ ਜਾਂ ਮੌਕੇ ਤੇ ਮੈਡੀਸਨ ਦਿੱਤੀ ਜਾਂਦੀ ਹੈ? ਇੱਥੇ ਕੀ ਹੈ, ਜਿਹੜੇ ਕੈਂਪ ਲੱਗ ਰਹੇ ਨੇ ਇਸ ਦੇ ਵਿੱਚ ਅੱਖਾਂ ਦੇ ਨਾਲ ਸੰਬੰਧਿਤ ਕੋਈ ਵੀ ਜਿਹੜੀ ਚੀਜ਼ ਹੈ ਉਹ ਅਸੀਂ ਕਰ ਰਹੇ ਹਾਂ। ਜਿਵੇਂ ਫੋਰ ਐਗਜ਼ਾਮਪਲ ਕਿਸੇ ਦੇ ਅੱਖ ਦੇ ਵਿੱਚ ਲੈਂਸ ਪੈਣਾ ਤਾਂ ਉਹਦੇ ਸਾਡੀ ਸੰਸਥਾ ਵੱਲੋਂ ਲੈਂਸ ਪਵਾਇਆ ਜਾਊਗਾ। ਜੇ ਕਿਸੇ ਨੂੰ ਅੱਖ ਦੀ ਐਨਕ ਚਾਹੀਦੀ ਹੈ, ਨਿਗਾਹ ਵਾਲੀ ਐਨਕ ਲੱਗ ਗਈ ਤਾਂ ਉਹ ਸਾਡੀ ਸੰਸਥਾ ਵੱਲੋਂ ਉਹਨੂੰ ਐਨਕ ਦਿੱਤੀ ਜਾਊਗੀ। ਜੇ ਕਿਸੇ ਨੂੰ ਮੈਡੀਸਿਨ ਚਾਹੀਦੀ ਹੈ ਤਾਂ ਉਹ ਸਾਡੀ ਸੰਸਥਾ ਵੱਲੋਂ ਮੈਡੀਸਿਨ ਦਿੱਤੀ ਜਾਊਗੀ। ਜਾਂ ਜੇ ਕਿਸੇ ਦਾ ਓਪਰੇਟ ਹੋਣਾ, ਫੋਰ ਐਗਜ਼ਾਮਪਲ ਕਿਸੇ ਦੇ ਕੋਈ ਮੋਤੀ ਆ ਜਾਂ ਕੋਈ ਵੀ ਐਕਸਵਾਈਜ਼ਡ ਚੀਜ਼ ਆ ਜਿਹੜਾ ਓਪਰੇਟ ਹੋਣਾ ਤਾਂ ਉਹ ਸਾਡੀ ਸੰਸਥਾ ਵੱਲੋਂ ਉੱਥੇ ਓਪਰੇਟ ਕਰਵਾਇਆ ਜਾਊਗਾ। ਫ੍ਰੀ ਕਰਾ ਰਹੇ ਹੋ ਸਰ ਜੇ ਕੋਈ ਪੈਸਾ ਵਗੈਰਾ? ਏ ਟੂ ਜ਼ੈਡ ਫ੍ਰੀ ਹੈ ਜੀ, ਸਾਰਾ ਕੋਈ ਵੀ ਜੋ ਵੀ ਖਰਚਾ ਹੋਊਗਾ ਸਾਡੀ ਸੰਸਥਾ ਵੱਲੋਂ ਦਿੱਤਾ ਜਾਊਗਾ। ਠੀਕ ਹੈ। ਇਹਦੇ ਵਿੱਚ ਲੋਕਾਂ ਨੂੰ ਸਹੂਲਤ ਪਾ ਕੇ ਤੁਹਾਨੂੰ ਕਿੰਨਾ ਕੁ ਲੱਗਿਆ ਵੀ ਆਪ ਨੂੰ ਸੰਤੁਸ਼ਟੀ ਹੋਈ ਜੀ? ਦੇਖੋ ਜੀ, ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਸਾਡੇ ਮਤਲਬ ਇਹਨਾਂ ਚੀਜ਼ਾਂ ਕਰਕੇ ਨਾ ਬੜੀ ਮਨ ਨੂੰ ਤਸੱਲੀ ਹੁੰਦੀ ਆ। ਇਹ ਤਾਂ ਚਲੋ ਕੈਂਪ ਦੇ ਨਾਲ ਨਾਲ ਸਾਡਾ ਹੋਰ ਵੀ ਬਹੁਤ ਚੀਜ਼ਾਂ ਚੱਲਦੀਆਂ, ਜਿਵੇਂ ਮੈਡੀਸਨ ਅਸੀਂ ਲੋਕ ਜੇ ਕੋਈ ਬਿਮਾਰ ਹੁੰਦਾ ਜਿਹੜਾ ਮੈਡੀਸਨ ਨਹੀਂ ਲੈ ਸਕਦਾ ਉਹਨੂੰ ਮੈਡੀਸਨ ਦਵਾਉਂਦੇ ਹਾਂ, ਰਾਸ਼ਨ ਦਿੰਦੇ ਹਾਂ ਲੋਕਾਂ ਨੂੰ, ਸਕੂਲਾਂ ਦੀ ਪੜ੍ਹਾਈ ਦੀ ਫੀਸ ਵੀ ਦਿੰਦੇ ਹਾਂ, ਤਾਂ ਮਤਲਬ ਮਨ ਨੂੰ ਬੜੀ ਸੰਤੁਸ਼ਟੀ ਹੁੰਦੀ ਆ, ਬੜਾ ਅੱਛਾ ਲੱਗਦਾ ਇਹ ਚੀਜ਼ਾਂ ਕਰਕੇ। ਬਹੁਤ ਮਤਲਬ
ਵਧੀਆ ਲੱਗਦਾ ਜੀ। ਜਾਂ ਫਿਰ ਹੋਰ ਵੀ ਕੈਂਪ ਲਗਾਉਣੇ ਨੇ? ਹਾਂਜੀ ਹਾਂ, ਅਸੀਂ ਹਰ ਹਫ਼ਤੇ ਸੈਟਰਡੇ ਨੂੰ ਅਸੀਂ ਫਿਕਸ ਕੀਤਾ ਹੋਇਆ ਕਿ ਹਰ ਸ਼ਨੀਵਾਰ ਅਸੀਂ ਕੈਂਪ ਲਾਵਾਂਗੇ ਆਪਦੀ ਸੰਸਥਾ ਦੇ ਵੱਲੋਂ ਅਲੱਗ ਅਲੱਗ ਪਿੰਡਾਂ ਦੇ ਵਿੱਚ, ਜਿਵੇਂ ਹੁਣ ਘਰਾਚ ਹੋ ਗਿਆ ਤਾਂ ਹੁਣ ਅਸੀਂ ਥੋੜ੍ਹਾ ਦੂਰ ਦੇਖਾਂਗੇ, ਪਰ ਹਰ ਸੈਟਰਡੇ ਕੈਂਪ ਲਾਇਆ ਕਰਾਂਗੇ। ਸੰਸਥਾ ਵੱਲੋਂ ਹੋਰ ਕੀ ਉਪਰਾਲੇ ਕੀਤੇ ਜਾ ਰਹੇ ਨੇ? ਹੋਰ ਸਾਡੀ ਸੰਸਥਾ ਵੱਲੋਂ ਜਿਵੇਂ ਹੁਣੀ ਅਸੀਂ, ਮੈਂ ਗੱਲ ਕਰ ਰਿਹਾ ਸੀ ਕਿ ਇੱਥੇ ਸਾਡੀ ਸੰਸਥਾ ਦੇ ਵਿੱਚ ਮੈਂਬਰ ਨੇ, ਉਹ ਆਪਣੇ ਕਿਹੜਾ ਪਿੰਡ ਸੀ ਆਪਣਾ, ਬਟਰਿਆਣਾ, ਉਹਨਾਂ ਦੇ ਬੱਚੇ ਬਟਰਿਆਣੇ ਤੋਂ ਸਕੂਲ ਜਾਂਦੇ ਨੇ ਆਦਰਸ਼ ਮਾਡਲ ਸਕੂਲ, ਉਹਨਾਂ ਨੂੰ ਉੱਥੋਂ ਬਹੁਤ ਦੂਰ ਪੈਂਦਾ ਅਤੇ ਉਹ ਮੈਨੂੰ ਦੱਸ ਰਹੇ ਸੀ ਕਿ ਅਸੀਂ 4 ਬੱਚੇ ਹਾਂ ਸਾਡੀ ਸੰਸਥਾ ਦੇ ਵੀ, ਉਹ 5 ਬੱਚੇ ਆ ਵੀ, ਉਹ 5 ਬੱਚਿਆਂ ਨੂੰ ਉੱਥੇ ਜਾਣਾ ਬਹੁਤ ਔਖਾ ਲੱਗਦਾ, ਵੀ ਸਾਨੂੰ ਕੋਈ ਸੁਵਿਧਾ ਦਿਉ ਵਾਹਨ ਕਿਸ ਚੀਜ਼ ਦੀ, ਤਾਂ ਫਿਰ ਮੈਂ ਉਹਨਾਂ ਨੂੰ ਸਾਡੀ ਸੰਸਥਾ ਵੱਲੋਂ ਸਾਈਕਲ ਲੈ ਕੇ ਦੇ ਰਿਹਾ ਜੀ। ਠੀਕ ਹੈ, ਅਤੇ ਉਹ ਬੱਚੇ ਸਾਈਕਲ 'ਤੇ ਜਾਇਆ ਕਰਨਗੇ, ਲੇਡੀਜ਼ ਨੂੰ ਲੇਡੀ ਸਾਈਕਲ ਲੈ ਕੇ ਦੇ ਰਹੇ, ਜੈਂਟਸ ਨੂੰ ਜਿਹੜਾ ਦੂਸਰਾ। ਸਿਲਾਈ ਸੈਂਟਰ ਵਗੈਰਾ ਤੁਹਾਡੀ ਕਿਵੇਂ ਚੱਲ ਰਹੀ ਜੀ? ਹਾਂ, ਹੁਣ ਆਪਣੇ ਸੰਸਥਾ ਵੱਲੋਂ ਜੀ ਨੀਅਰ ਅਬਾਊਟ 35 to 36 ਸਿਲਾਈ ਸੈਂਟਰ ਪਿੰਡਾਂ ਦੇ ਵਿੱਚ ਚੱਲ ਰਹੇ ਨੇ, ਜਿਹਦੇ ਵਿੱਚ ਹਰ ਸੈਂਟਰ ਦੇ ਵਿੱਚ ਮੇਰੇ ਖਿਆਲ ਨਾਲ ਨੀਅਰ ਅਬਾਊਟ 30 to 35 ਕੁੜੀਆਂ ਨੇ ਜਿਹੜੀਆਂ ਉੱਥੇ ਸਿਖਲਾਈ ਲੈ ਰਹੀਆਂ ਨੇ, ਔਰ ਅਸੀਂ ਹਰ ਸੰਸਥਾ ਦੇ ਵਿੱਚ ਆਪਦੇ ਵੱਲੋਂ ਮਸ਼ੀਨਾਂ ਦਿੱਤੀਆਂ ਨੇ ਜੀ। ਸਾਡੇ ਜਿਹੜੇ ਟੀਚਰ ਨੇ ਆਪਦੀ ਸੰਸਥਾ ਵੱਲੋਂ ਟੀਚਰ ਰੱਖੇ ਹੋਏ ਨੇ, ਉਹ ਸਾਰੇ ਟੀਚਰ ਉੱਥੇ ਜਿੰਨੀਆਂ ਵੀ ਕੁੜੀਆਂ ਨੇ ਉਹਨਾਂ ਨੂੰ ਸਿਖਲਾਈ ਸਿਖਾ ਰਹੇ ਨੇ, ਉਹਨਾਂ ਤੋਂ ਵੀ ਅਸੀਂ ਕੋਈ ਪੈਸਾ ਨਹੀਂ ਲੈਂਦੇ, ਫ੍ਰੀ ਆਫ ਕੋਸਟ ਸਿਖਾ ਰਹੇ, ਤਾਂ ਕਿ ਸਿਰਫ ਇਸ ਲਈ ਕਿ ਜਿਹੜੀਆਂ ਆਪਣੇ ਬੱਚੇ ਨੇ, ਜਿਹੜੀਆਂ ਆਪਣੀਆਂ ਲੇਡੀਜ਼ ਨੇ, ਉਹ ਇੰਡੀਪੈਂਡੈਂਟ ਖੜੀਆਂ ਹੋ ਸਕਣ। ਕਿਉਂਕਿ ਜਦੋਂ ਆਪਾਂ ਅੱਜ ਕੱਲ੍ਹ ਗੱਲ ਕਰਦੇ ਹਾਂ ਨਾ, ਮਤਲਬ ਮੇਰਾ ਇਹ ਮੰਨਣਾ ਕਿ ਜਿਹੜੀ ਅੱਜ ਮਹਿੰਗਾਈ ਦੇ ਦੌਰ ਦੇ ਵਿੱਚ ਇੱਕ ਬੰਦਾ ਘਰ ਨਹੀਂ ਚਲਾ ਸਕਦਾ, ਤਾਂ ਜੇ ਦੋਨੋਂ ਹਸਬੈਂਡ ਵਾਈਫ ਕਮਾਉਂਦੇ ਹੋਣ ਤਾਂ ਉਹ ਘਰ ਬਹੁਤ ਵਧੀਆ ਤਰੀਕੇ ਨਾਲ ਚੱਲਦਾ। ਇਸੇ ਮੱਦੇਨਜ਼ਰ ਨੂੰ, ਇਸੇ ਮਤਲਬ ਉਹਨੂੰ ਲੈ ਕੇ ਅਸੀਂ ਇੱਕ ਬੇਸ ਨੂੰ, ਤਾਂ ਅਸੀਂ ਸਾਰੀਆਂ ਲੇਡੀਜ਼ ਨੂੰ ਉੱਥੇ ਸਿਖਲਾਈ ਜਿਹੜੀ ਹੈਗੀਆਂ ਨੇ ਉਹ ਸਿਖਾ ਰਹੇ ਹਾਂ। ਅੱਛਾ ਸਰ, ਇੱਕ ਹੋਰ ਸਵਾਲ ਹੈ, ਤੁਹਾਡੀ ਸੰਸਥਾ ਨੂੰ ਓਪਰੇਟ ਕਰਦੇ ਰਹੇ ਨੇ ਗੁਰਪ੍ਰੀਤ ਲਾਰਾ ਜੀ, ਤੁਹਾਡੇ ਤੁਸੀਂ ਵਿਦੇਸ਼ 'ਚ ਬੈਠੇ ਸੀਗੇ ਪਰ ਉਹ ਆਊਟ ਹੋ ਗਏ ਨੇ, ਉਹਦੇ ਬਾਰੇ? ਜਿਹੜੇ ਗੁਰਪ੍ਰੀਤ ਲਾਰਾ ਜੀ ਨੇ ਉਹ ਮੇਰੀ ਸੰਸਥਾ ਦੇ ਵਿੱਚ ਉਹ ਕਰਦੇ ਸੀਗੇ, ਉਹ ਦੇਖਦੇ ਸੀਗੇ ਅਤੇ ਬਹੁਤ ਵਧੀਆ ਕੰਮ ਕਰ ਰਹੇ ਸੀਗੇ, ਪਰ ਉਹ ਇਕੱਲੇ ਨਹੀਂ ਹੈਗੇ ਸੀ, ਨਾਲ ਹੋਰ ਬਹੁਤ ਲੋਕ ਨੇ ਜਿਹੜੇ ਸੰਸਥਾ ਦੇਖ ਰਹੇ ਸੀ, ਉਹ ਇੱਕ ਨਾਲ ਉਹਨਾਂ ਦੇ ਨਾਲ ਉਹ ਵੀ ਸੀਗੇ ਜਿਹੜੇ ਦੇਖ ਰਹੇ ਸੀ, ਪਰ ਕਿਸੇ ਕਾਰਨ ਕਰਕੇ ਉਹਨਾਂ ਨੂੰ ਮਤਲਬ ਹੋਰ ਮਤਲਬ ਕਿਤੇ ਹੋਰ ਉਹਨਾਂ ਨੇ ਜੁਆਇਨ ਕਰ ਲਿਆ, ਅਤੇ ਮੇ ਬੀ ਉਹਨਾਂ ਨੂੰ ਉੱਥੇ ਬੈਟਰ ਓਪਰਚੁਨਿਟੀ ਮਿਲ ਗਈ ਹੋਣੀ ਹੈ ਤਾਂ ਉਹ ਚਲੇ ਗਏ ਹੋਣਗੇ। ਇੱਥੇ ਸਵਾਲ ਇਹ ਉੱਠਦਾ, ਉਹ ਨਾਲ ਜਿਹੜੀਆਂ ਲੇਡੀਜ਼ ਉਸ ਦਿਨ ਨਜ਼ਰ ਆਈਆਂ ਨੇ, ਉਹ ਲੇਡੀਜ਼ ਤੁਹਾਡੀ ਸੰਸਥਾ ਨਾਲ ਜੁੜੇ ਹੋਏ ਸੀਗੇ ਪਰ ਉਹ ਉਹਨਾਂ ਨੇ ਇੱਕ ਸਿਆਸੀ ਤੌਰ 'ਤੇ ਉਹਨਾਂ ਨੂੰ ਦੂਸਰੇ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ? ਨਹੀਂ ਨਹੀਂ, ਆਹ ਦੇਖੋ ਇਹਨਾਂ 'ਚ ਵੀ ਬਹੁਤ ਗਏ ਸੀਗੇ ਉਦਣ ਜੀ, ਪਰ ਉਹ ਕੋਈ ਵੀ ਲੇਡੀਜ਼ ਉੱਥੇ ਸਿਆਸੀ ਤੌਰ 'ਤੇ ਨਹੀਂ ਜੁਆਇਨ ਹੋਏ, ਉਦਣ ਕਿਸੇ ਨਾ ਕਿਸੇ ਗੱਲ ਕਰਕੇ ਉਹ ਚਲੇ ਗਏ ਸੀ, ਬਟ ਜਿਹੜੀ ਸਾਡੀ ਇਹ ਸੰਸਥਾ ਗੈਰ ਸਿਆਸੀ ਸੰਸਥਾ, ਬਿਲਕੁਲ ਇਹਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਜਿੰਨੇ ਵੀ ਸਾਡੇ ਉਰੇ ਬੱਚੇ ਸਿੱਖ ਰਹੇ ਨੇ ਜਾਂ ਜਿੰਨੇ ਵੀ ਮੈਡਮ ਉਰੇ ਸਿਖਾ ਰਹੇ ਨੇ ਉਹ ਸਿਆਸਤ ਤੋਂ ਬਿਲਕੁਲ ਦੂਰ ਨੇ, ਉਸ ਦਿਨ ਬਾਈ ਚਾਂਸ ਉਹ ਚਲੇ ਗਏ ਜਾਂ ਕੁਛ ਵੀ ਹੋ ਗਿਆ, ਬਟ ਉਹ ਸਾਰੇ ਦੇਖੋ ਇੱਥੋਂ ਇਹਨਾਂ 'ਚੋਂ ਵੀ ਗਏ ਸੀ, ਮੈਡਮ ਵੀ ਗਏ ਸੀ, ਬਟ ਇਹ ਸਾਰੇ ਸੰਸਥਾ ਦੇ ਵਿੱਚ ਹੀ ਨੇ, ਉਹ ਵਾਪਸ ਨੇ, ਸੰਸਥਾ ਹੀ ਚਲਾ ਰਹੇ ਨੇ, ਸਿਆਸਤ ਤੋਂ ਬਹੁਤ ਦੂਰ ਨੇ। ਠੀਕ ਹੈ ਜੀ, ਥੈਂਕ ਯੂ।